ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਹਰਪਿੰਦਰ ਮਾਨ ਮੈਂ ਅੱਜ ਤੇ ਇੱਧਰ ਨਾ ਕੈਲੀਫੋਰਨੀਆ ਆਈ ਹੋਈ ਹਾਂ ਮੇਰੀ ਬੇਟੀ ਦੇ ਘਰੇ ਬੇਟਾ ਹੋਇਆ ਤੇ ਮੈਂ ਉਹਨਾਂ ਦੀ ਪਤਾ ਲੱਗਿਆ ਤੇ ਮੈਂ ਪਹੁੰਚੀ ਉਹਨਾਂ ਦੀ ਹੈਲਪ ਕਰਨ ਮੈਂ ਕਿਹਾ ਕਿਉਂ ਨਾ ਮੈਂ ਤੁਹਾਡੇ ਨਾਲ ਵੀ ਇਹ ਗੱਲਾਂ ਸ਼ੇਅਰ ਕਰ ਲਾਂ ਥੋੜ੍ਹੀਆਂ ਜਿਹੀਆਂ ਅਤੇ ਕਿਉਂਕਿ ਮੈਂ ਹੁਣ ਹੋਸਪਿਟਲ ਜਾਣਾ ਸੀਗਾ ਅਤੇ ਮੈਂ ਬੈਠੀ ਸੀ ਫਰੀ ਹੋ ਕੇ ਤਿਆਰ ਹੋ ਕੇ ਵੇਟ ਕਰ ਰਹੀ ਹੈ ਗਗਨ ਲਈ ਵੀ ਗਗਨ ਕਦੋਂ ਆਏਗਾ ਲੈਣ ਮੈਨੂੰ ਅਤੇ ਇਸ ਕਰਕੇ ਕਿਉਂਕਿ ਮੈਂ ਮੈਰੀਲੈਂਡ ਚੱਲ ਕੇ ਇੱਥੇ ਆਈ ਸਾਡਾ ਆਰਗੂ ਬੈਠਾ ਇਹ ਆਰਗੂ ਬਹੁਤ ਇਹ ਹਮੇਸ਼ਾ ਹੀ ਖਾਣ ਨੂੰ ਮੰਗੀਆਂ ਤਾਂ ਖਾਣ ਨੂੰ ਦੇ ਦਿਓ ਖਾਣ ਨੂੰ ਦੇ ਦਿਓ ਹੈ ਨਾ ਇਹ ਹਮੇਸ਼ਾ ਨਾ ਆਰਗੂ ਹੈ ਆਰਗੂ ਅਤੇ ਬਾਹਰ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਹੈਗਾ ਅਤੇ ਅੱਗੇ ਤੋਂ ਨਵੇਂ ਘਰ ਬਣਦੇ ਨਵੀਂ ਕੰਸਟਰਕਸ਼ਨ ਹੋ ਰਹੀ ਹੈ ਕੰਸਟਰਕਸ਼ਨ ਵਿੱਚ ਸੀਗੇ ਅਤੇ ਨਵੇਂ ਘਰ ਬਣੀ ਜਾ ਰਹੇ ਹੈਗੇ ਨਵੇਂ ਘਰ ਬਹੁਤ ਵਧੀਆ ਖੁੱਲ੍ਹਾ ਬਹੁਤ ਹੈਗਾ ਮੈਨੂੰ ਅੱਛਾ ਲੱਗਦਾ ਵੈਸੇ ਵੈਦਰ ਵੀ ਬਹੁਤ ਨਾਈਸ ਹੈਗਾ ਉੱਪਰ ਬਾਬਾ ਜੀ ਦਾ ਬਣਿਆ ਹੈ ਬੇਟੇ ਦਾ ਨਾਮ ਰੱਖਿਆ ਦਿਲਾਵਰ ਬਿਊਟੀਫੁਲ ਨੇਮ ਤੁਸੀਂ ਇੱਥੇ ਆ ਕੇ ਅੱਛਾ ਲੱਗਦਾ ਹੈਗਾ ਵਾਈਟ ਫੁੱਲ ਬਹੁਤ ਹੈਗੇ ਵੀ ਮੈਨੂੰ ਨਾ ਵਾਈਟ ਫੁੱਲ ਬਹੁਤ ਪਿਆਰੇ ਲੱਗਦੇ ਇੰਨੇ ਅੱਛੇ ਲੱਗਦੇ ਨਾ ਵਾਈਟ ਫੁੱਲ ਸੋ ਬਿਊਟੀਫੁੱਲ ਆਈ ਲਾਈਕ ਇਟ ਹੈ ਤਾਂ ਥੋੜ੍ਹੀ ਜਿਹੀ ਘਰਾਂ ਦੇ ਵਿੱਚ ਇਹ ਵਾਈਟ ਫੁੱਲ ਅਤੇ ਮੈਂ ਉਹਨਾਂ ਨੇ ਕਿਹਾ ਵੀ ਮੈਂ ਵੀ ਜਾਣ ਲੱਗੀ ਇੱਥੋਂ ਇੱਕ ਟਹਿਣੀ ਲੈ ਕੇ ਜਾਵਾਂਗੀ ਤਾਂ ਕਿ ਅਸੀਂ ਉੱਥੇ ਲਗਾ ਕੇ ਦੇਖੀਏ ਕਿਵੇਂ ਲੱਗਦਾ ਹੈਗਾ ਸਾਡੇ ਵੀ ਚੱਲਣਗੇ ਕਿ ਨਹੀਂ ਚੱਲਣਗੇ ਵਾਹ ਸੋ ਬਿਊਟੀਫੁਲ ਅਤੇ ਅੱਛੇ ਲੱਗਦੇ ਹੈਗੇ ਨੇ ਸਵੀਮਿੰਗ ਇੱਥੇ ਰੋਡਾਂ ਵੀ ਕਾਫੀ ਖੁੱਲ੍ਹੀਆਂ ਹੈਗੀਆਂ ਪਰ ਮਹਿੰਗਾ ਬਹੁਤ ਹੈਗਾ ਮੇਨ ਥਿੰਗ ਗੈਸ ਵੀ ਲੈ ਲਓ ਘਰਾਂ ਦੇ ਪ੍ਰਾਈ ਲੈ ਲਓ ਗਰੋਸਰੀ ਲੈ ਲਓ ਕੁਛ ਵੀ ਕਰੋ ਸੋ ਟੂ ਮੱਚ ਪ੍ਰਾਈਸ ਪਰ ਇੱਥੇ ਇੰਡੀਅਨ ਬਹੁਤ ਹੈ ਪੰਜਾਬੀ ਬਹੁਤ ਹੈਗੇ ਆ ਪੰਜਾਬੀ ਸਾਊਥ ਇੰਡੀਅਨ ਐਵਰੀਬਾਡੀ ਅੱਛਾ ਲੱਗਦਾ ਸੋ ਬਿਊਟੀਫੁਲ ਆਹ ਸ਼ੇਅਰ ਕਰਾਂ ਇਹਨਾਂ ਦੇ ਨਾਲ ਫਲਾਵਰ ਇੱਕ ਬਹੁਤ ਸੋਹਣੇ ਫਲਾਵਰ ਵਾਹ ਫਲਾਵਰ ਹੀ ਫਲਾਵਰ ਹਾਂ ਚਲੀ ਯਾਰ ਮੈਂ ਇੱਥੇ ਆ ਕੇ ਵਾਈਟ ਫਲਾਵਰ ਜ਼ਿਆਦਾ ਦਿੱਸੇ ਸਾਡੇ ਇੱਥੇ ਨਵੇਂ ਘਰ ਹੋਰ ਬਣੀ ਜਾ ਰਹੇ
ਬੇਟੀ ਦੀ ਬੈਕ ਸਾਈਡ ਹੈਗੀ। ਅੱਛੇ ਲੱਗੇ, ਬਹੁਤ ਪਿਆਰੇ। ਅੱਜ ਕੈਲੀਫੋਰਨੀਆ ਵੀ ਜਿਹੜੇ ਨਹੀਂ ਆਏ ਕਦੀ ਆਏ ਨਾ, ਜ਼ਰੂਰ ਇੱਧਰ ਆਇਆ ਕਰਨ, ਗੇੜਾ ਲਗਾ ਕੇ ਜਾਇਆ ਕਰਨ, ਅੱਛੇ ਲੱਗਦੇ। ਸੋ ਗੁੱਡ। ਅਤੇ ਇਸ ਤੋਂ ਬਾਅਦ ਅਸੀਂ ਹੋਸਪਿਟਲ ਜਾਣਾ ਵਾ। ਮੈਂ ਹੁਣ ਕਿਉਂ ਨਾ ਪਹਿਲਾਂ ਸ਼ੇਅਰ ਕਰ ਲਾਂ ਸਾਰਿਆਂ ਦੇ ਨਾਲ। ਅਤੇ ਜਦੋਂ ਸ਼ਾਮ ਨੂੰ ਸ਼ਾਇਦ ਛੁੱਟੀ ਮਿਲ ਜਾਏਗੀ ਅਸੀਂ ਆਵਾਂਗੇ, ਫਿਰ ਮੈਂ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ। ਚਲੋ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ।